स्वागत है तुहाडे अपने फियोना सैम पंजाबी चैनल ते। हैप्पी हैप्पी करवा चौथ सारिआं नूं। ते मेहंदी मेरी चढ़ गई आ, बहुत सोहणी चढ़ी आ, ते पैरां दी वी दिखाउंदी आ। ते तवा तव हुण आपां होईए रेडी शेडी, 4:30 बज गए सवेर दे, तिआर शिआर हो के तुहानूं मिलदे आ। लो जी, साडी शोरूम हो गई तिआर सवेरे सवेरे। नाल पति देव जी वी उठे होए आ पूरा, ते जैविका उठ गई आ सवेरे ही। और मैं तू पहले चुन्नी टका ला अपने यार, सुगर लोड़ियां पहन के। अच्छा, ते फुल आउट, ते फुल आउटफिट तो आज मैंने खोल दिया अपने बाचो। पहले मैं अपनी सर की खा ला। हाँ, पेट पूजा कर लो। हाँ जी, चलो सोना जी। अपने हम चांजरा पा रहे ने, मेहंदी बहुत सोनी चढ़ी है ना। खाने दिखा, वहां सारे नु देख, दिखा एक बार आ पैरां दी ते हाथां दी। हाथां दी बहुत सोनी चढ़ी मेहंदी ਚੜ ਗਈ ਕਿ ਨਾ। ਫਿਰ ਵੀ ਮੈਂ ਤਾਂ ਉਹ ਵੀ ਲਈ ਸੀ ਨਾ ਸਰ, ਕਿ ਜਾਵੀ ਕਰਨ ਰਾਤੀ ਘਰ ਕਾਰਡ ਆਪਣਾ ਕਰ ਦਿੱਤਾ ਸੀ। ਚਾਂਜਰਾ ਪਾ ਲਾ, ਆਓ ਜੀ ਪਾਓ। ਸੋਹਣੀਆਂ ਲੱਗਣੀਆਂ ਕਿਉਂਕਿ ਅੱਜ ਮਹਿੰਦੀ ਵੀ ਲਗਾਈ ਹੋਈ ਹੈ ਨਾ। ਇਹ ਟਾਈਟ ਕਰ ਦਿਓ ਸੈਮ, ਕੋਈ ਟਾਈਟ ਕਰ। ਚਾਂਜਰਾ ਮੈਨੂੰ ਸੈਮ ਨੇ ਦੇਖੋ ਕਿੰਨੀਆਂ ਪਿਆਰੀਆਂ ਪਿਆਰੀਆਂ ਬਣਵਾ ਕੇ ਦਿੱਤੀਆਂ। ਸੋਹਣੀਆਂ ਸੋਹਣੀਆਂ ਲੱਗਦੀਆਂ। ਹਾਂ ਚਲ ਟਾਈਟ ਕਰ ਦਿਓ ਇਹਨੂੰ। ਠੀਕ ਆ, ਕਰ ਦਿੰਦਾ ਇਦਾਂ। ਤੇ ਆਪਣੇ ਪਿੱਛੇ ਵੀ ਪਾ ਲਈਏ, ਬਿੱਛੂਏ ਬਿੱਛੂਏ। ਹਾਂ, ਦਿਲ ਮੇ ਹੈ ਜਾਨ ਤੇਰੀ, ਹੱਥ ਮੇ ਬਿੱਛੂਆ। ਇਹ ਦੇਖੋ ਸੀ ਗਾਣਾ, ਦਿਲ ਮੇ ਹੈ ਜਾਨ ਤੇਰੀ, ਸਾਸ ਮੇ ਬਿੱਛੂਆ। ਉਹ ਕਿਦਾਂ ਫੋਨ ਲਾ ਪਈ? ਹਾਂ, ਬਿੱਛੂਆ ਜੀ ਬਿੱਛੂਆ, ਜਬ ਬਿੱਛੂਆ ਜੀ ਬਿੱਛੂਆ। ਕਿਦਾਂ ਪਾ ਜਾਉ ਜਾਬੂ ਜਾਬੂ, ਦੇਖਣ ਲੱਗ ਪਈ ਕੀ ਚੀਜ਼ ਆ। जब बिछुआ बिछुआ दिल में है जान तेरी, सांसों में बिछुआ। मैं तो बाबा ने पी के ना दे, सिंदूर ला दो लोग मेरे पैर के ना सोने ला दे बे ना। ये फुल आउटफिट भी तो मैं खड़ी होकर दिखा दी है। ए देख, खड़ी होया चल, रुको चुन्नी रह गई। आ तो मैं लाल दुपट्टा उतर दी पे सर, वाली फुल आउटफिट दिखा दे आप टेक के। बहुत सोहना सूट है। सूट सोहना मेरा, मैं आप भी सोहनी लगती मैं। हां ठीक है बस, थैंक यू थैंक यू। सारे एस्टल सारिया जिन्नियां भी वोटियां आ बहुत ज्यादा सोहनियां लगदियां हुंदियां आ। ते सारे दा स्वाद सदा पर जीदा रवे। हां उना दी उम्र 100 प्लस जावे। हां चलो जी, मैं अपनी उम्र दी आप ही कहिए। हां जावो, पता जावो अच मेरे वाले दा देखदी पई है कि मम्मा इने तैयार करते होए पे आ सवेरे सवेरे, कि हुंदा कि पिया साडे घरे। मेनू भी कहंदी चपेड़ा मार के ठाल दी सी, कहंदी देख करदी सी। मैं देख दी सी इसे आस, मैं मैं जावो आ सैम ए सुते पे सी, पहले ना हाथ वाल लगी दी सी सब के हाथ। हां जावू दे कपड़े बहुत ज्यादा गंदे हुए पे आ। जावू दा नाम लिया तो जावू उठ के बह गई आ। मेरे काके लंबी लंबी उम्र होनी आ, है ना जावू? जावू फिर सो गई। किन्निया पईयां? ਤੇ ਚਾਹ ਛੱਡੀਆਂ ਮੇਰੇ ਕਿੰਨੇ ਜੋੜਨਾ ਸੀ ਕਿ ਹੌਲੀ ਹੌਲੀ ਸੀ ਮੈਂ ਨਹੀਂ ਕਿਥੋਂ ਸਿੱਖਿਆ ਜੀ ਬੇੜਾ ਮਾਰ ਕਿਆ ਸਮਝ ਵਿੱਚ ਬੇੜਾ ਮਾਰ ਕੇ ਉੱਠੂ ਉੱਠ ਕੇ ਮੇਰੇ ਲਾਡ ਕਰੂਗਾ ਸਾਹਿਬ ਕਹਿੰਦਾ ਮੈਨੂੰ ਬਹੁਤ ਵਧੀਆ ਲੱਗਾ ਅੱਜ ਕਿ ਮੈਨੂੰ ਜੈਵਿਕਾ ਨੇ ਠਾ ਲਿਆ ਹਾਂ ਠਾਲਣ ਲੱਪਈਆ ਮੈਨੂੰ ਨੀਂਦ ਬਹੁਤ ਆਈ ਗਈ ਸੀ ਸੁੱਤੇ ਵੀ ਲੇਟ ਸੀ ਨਾ ਬਹੁਤ ਆਈ ਗਈ
ਇਹ ਠਾਲ ਹੀ ਲਿਆ ਫਿਰ ਮੈਡਮ ਨੇ ਚਲੋ ਵਧੀਆ ਹੁਣ ਸੋਣਾ ਰੋਟੀ ਬਣਾ ਕੇ ਦਊਂਗੇ ਚਲੋ ਸੋਣਾ ਆਪਾਂ ਕੰਮ ਕਰੀ ਰੋਟੀ ਬਣਾ ਚਲੋ ਚੋਣਾ ਅੱਜ ਆਪਣੇ ਮਹਿੰਦੀ ਵਾਲੇ ਹੱਥਾਂ ਰੋਟੀ ਬਣਾ ਕੇ ਦਊਂਗੀ ਉੱਦਾਂ ਮਹਿੰਦੀ ਲੱਗੀ ਨਹੀਂ ਹੁੰਦੀ ਉੱਦਾਂ ਕਿੱਥੇ ਲੱਗੀ ਠੀਕ ਆ ਚਲੋ ਮੈਂ ਸਾਹਮਣੇ ਰੋਟੀ ਪਕਾ ਕੇ ਤੇ ਖਿਲਾਵਾਂ ਜੀ ਸੋਣਾ ਹੁਣ ਆਪਣੇ ਪਿਆਰੇ ਪਿਆਰੇ ਹੱਥਾਂ ਨਾਲ ਮੈਨੂੰ ਰੋਟੀ ਬਣਾ ਕੇ ਦੇ ਰਹੀ ਆ ਮਹਿੰਦੀ ਵਾਲੇ ਹੱਥਾਂ ਨਾਲ ਆ ਜਾਓ ਆ ਜਾਓ ਮੈਂ ਹਾਲੇ ਇੱਕ ਬੁਰਕੀ ਵੀ ਖਾ ਕੇ ਦੇਖੀ ਉੱਦਾਂ ਮੈਂ ਵੀਡੀਓ ਲਾਉਂਦਾ ਪਿਆ ਫਿਲਮ ਚਲੋ ਖਾ ਲਓ ਥੈਂਕ ਯੂ ਵੈਲਕਮ ਸਾਮ ਕਿੱਦਾਂ ਦੀ ਬਣੀ ਗੋਭੀ ਦੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਆ ਸਵਾਦ ਆ ਮੈਨੂੰ ਤਾਂ ਬਹੁਤ ਸਵਾਦ ਲੱਗੀ ਠੀਕ ਆ ਚਲੋ ਥੈਂਕ ਯੂ ਤਾਰੀਫ ਕਰਨ ਲਈ ਹੁਣ ਚਲੋ ਛੱਡੋ ਆਪਣਾ ਕੰਮ ਤੇ ਚਲੋ ਆਪਣਾ ਜਿਹੜਾ ਕੰਮ ਕਰਨ ਜਾਣਾ ਹੈ ਚਲੋ ਤੇ ਅੱਜ ਮੈਂ ਸੂਟ ਲੈ ਚੱਲੀ ਆ ਕਿਉਂਕਿ ਕੱਲ ਸਾਡੇ ਹੱਥ ਪੱਲੇ ਕੁਝ ਪਿਆ ਹੀ ਨਹੀਂ ਆਵਲਾ ਸੂਟ ਤਾਂ ਮੈਂ ਪਹਿਲੇ ਹੀ ਸੰਭਾਲ ਲਿਆ ਸੀ ਲੈ ਕੇ ਤੇ ਆਵਲਾ ਸੂਟ ਤਾਂ ਮੈਂ ਪਹਿਲੇ ਹੀ ਆਰਡਰ ਕਰ ਲਿਆ ਸੀ ਲੈ ਲਿਆ ਸੀ ਤੇ ਪਰ ਓਵਰ ਰਹਿ ਗਿਆ ਸੀ ਜਦੋਂ ਸ਼ਾਮ ਨੂੰ ਪੋਣਾ ਜੇ ਸਿਮੂ ਮੈਨੂੰ ਨਾਮ ਮਿਲਿਆ ਫਿਰ ਮੈਂ ਕੀ ਪਾਉਂਗੀ ਦੱਸੋ ਮਿਲ ਜਾਣਾ ਹੈ ਇਦਾਂ ਕਦੇ ਕਦੇ ਨਹੀਂ ਮਿਲ ਜਾਣਾ ਮੈਨੂੰ ਪਤਾ ਚਲੋ ਫਿਰ 11:30 12 ਵਜ ਕੇ ਫਿਓਨਾ ਕੱਪੜੇ ਧੋ ਲੋ ਫਿਓਨਾ ਰੋਟੀ ਦੇ ਦੇ ਫਿਓਨਾ ਜਾਗੂ ਨੂੰ ਤਿਆਰ ਕਰ ਲੋ ਹਾਂ ਜਾਗੂ ਨੂੰ ਮੂੰਹ ਤੋਂ ਆ ਕੇ ਕੱਪੜੇ ਦਿੰਦੇ ਉਹਨੇ ਵੀ ਤਿਆਰ ਕਰੋ ਤੁਸੀਂ ਇਹ ਵੀ ਉੱਠ ਗਈ ਆ ਆਪਾਂ ਚੱਲ ਪੜੇ ਆਪਣੀ ਮੰਜ਼ਿਲ ਦੀ ਔਰ ਸ਼ਾਪਿੰਗ ਕਰਨ ਸ਼ਾਪਿੰਗ ਕਰਨ ਸ਼ਾਪਿੰਗ ਟਾਈਮ ਕਰਵਾ ਚੌਥ ਵਾਲੇ ਦਿਨ ਇੱਥੇ ਨਾ ਇੱਕ ਬੁੰਗਾ ਬੋ ਹੋ ਗਿਆ ਗੱਡੀ ਪਾਰਕਿੰਗ ਕਰਨ ਦਾ ਸਹੀ ਗੱਲ ਆਪਾਂ ਦੋ ਸ਼ਾਪ ਤੇ ਚਲ ਗਏ ਹਾਂ ਲੇਕਿਨ ਸਾਨੂੰ ਕੁਝ ਪਸੰਦ ਨਹੀਂ ਆਇਆ ਹੁਣ ਆਪਾਂ ਆ ਕਿ ਜੀ ਸ਼ਾਪ ਤੇ ਤੇ ਜਬਰ ਸਮੈਲ ਚੈੱਕ ਕਰੋ ਚਲਿਏ ਜਾ ਕੇ ਦੇਖੀਏ ਮੈਨੂੰ ਲੱਗਦਾ ਔਖਾ ਆ ਪਰ ਚੱਕ ਕੇ ਘੁੰਮਣਾ ਬੜਾ ਔਖਾ ਬਹੁਤ ਦੂਰੋਂ ਦੂਰ ਕੇ ਆਏ ਆ ਗੱਡੀ ਆਉਂਦੀ ਨਹੀਂ ਹੈਗੀ ਹੁਣ ਮੈਡਮ ਹੁਣ ਚੂੜੀਆਂ ਆਪਣੇ ਟਰਾਈ ਕਰਦੇ ਪਏ ਆ ਤੇ ਸੂਟ ਦਾ ਕੀ ਹੋਇਆ ਉਹਨਾਂ ਦਾ ਸੂਟ ਦਾ ਤਾਂ ਬਾਅਦ ਚ ਦੱਸਦੇ ਆ ਹੁਣ ਕਲਰ ਸੂੜੀਆਂ ਟਰਾਈ ਕਰਕੇ ਦੇਖੋ ਚੂੜੀਆਂ ਉਹ ਸੋਹਣੀਆਂ ਲੱਗਦੀਆਂ ਸਾਈਜ਼ ਨਾ ਹੋਵੇ ਬਸ ਆ ਠੀਕ ਆ ਨਾ ਹੁਣ ਮੈਂ ਖੋਲ ਵੀ ਲਾ ਰਹੀ ਖੋਲ ਖੋਲ ਕੇ ਮੈਂ ਆਪ ਦੇਖ ਲਈ ਨਾ ਕੋਈ ਦੇਖ ਲਓ ਆਰਾਮ ਨਹੀਂ ਇਹ ਨਹੀਂ ਹੋਣੀ ਜੈਵਿਕਾ ਕੱਲ ਦੀ ਹੈ ਨਾ ਸੈਮ ਨੂੰ ਛੱਡਦੀ ਨਹੀਂ ਪਈ ਹੈ ਨਾ ਸੈਮ ਤੂੰ ਮੇਰੇ ਦੁਆਲੇ ਜੁੰਮੜੀ ਹੋ ਜੈਵੂ ਮੰਮਾ ਨੂੰ ਭੁੱਲ ਗਿਆ ਤੂੰ ਤਾਂ ਅਸੀਂ ਲੈ ਹੁਣ ਫਰੂਟਸ ਸੂਟ ਆਪਾਂ ਪਾਉਣਾ ਆ ਜੈਲੋ ਕਲਰ ਦਾ ਆਪਾਂ ਲੈ ਆਂਦਾ ਹੈ ਨਾ ਸੈਮ ਸਿਲੈਕਟ ਮਸੀ ਹੋਇਆ ਆਪਾਂ ਮਸੀ ਸਿਲੈਕਟ ਕਰਕੇ ਆਪਾਂ ਲੈ ਲਿਆ ਹੈ ਸੀ ਗੱਲ ਬੜਾ ਔਖਾ ਹੋਇਆ ਤਾਂ ਸਹੀ ਗੱਲ ਕਿੰਨੀ ਦਾ ਗੱਲ ਤੂੰ ਘੱਟ ਘੱਟ ਬਸ 12 ਦੁਕਾਨਾਂ ਹੁੰਦੀ ਮੈਂ ਤਾਂ ਹਾਰ ਹੋ ਗਿਆ ਸ਼ਾਮ ਤੇ ਜ਼ਿਆਦਾ ਕੁਝ ਹੋ ਗਿਆ ਨਹੀਂ ਉਹ ਕੋਈ ਨਹੀਂ ਕੁੜੀ ਨੂੰ ਚੱਕਿਆ ਸੀ ਹੈ ਠੀਕ ਆ ਤੂੰ ਚੱਕ ਕੇ ਸਾਰਾ ਸਮਾਨ ਜੇਬਾਂ ਤੋਂ ਕੱਢ ਕੇ ਦੇਣਾ ਫੋਨ ਕੱਢ ਕੇ ਦੇਣਾ ਪਰਸ ਕੱਢ ਕੇ ਦੇਣਾ ਔਖਾ ਹੋ ਜਾਂਦਾ ਇਹ ਤਾਂ ਹੈ ਮੇਰੇ ਕੋਲ ਜ਼ਿੰਦਗੀ ਦੇ ਵਿੱਚ ਇਦਾਂ ਦੀ ਚੀਜ਼ ਆ ਇੱਕ ਜਿਹਦੇ ਨਾਲ ਨਾ ਮੈਂ ਸਾਰੀ ਉਮਰ ਖੁਸ਼ ਰਹਿ ਸਕਦੀ ਆ ਉਹ ਹੈਗੀ ਉਹ ਮੇਰੀ ਜੈਵੂ ਮੈਂ ਤਾਂ ਥੋੜਾ ਜਿਹਾ ਇਹਨੂੰ ਖੁਸ਼ ਕਰ ਦਿੱਤਾ ਜਾਵੇ ਕਿਉਂਕਿ ਮੈਂ ਤਾਂ ਬਹੁਤ ਜ਼ਿਆਦਾ ਗੁੱਸੇ ਰਹਿੰਦੀ ਆ ਅੱਜ ਕੱਲ ਇਹ ਵੀ ਤਿਆਰ ਸ਼ਿਆਰ ਹੋ ਕੇ ਘੁੰਮਦੀ ਹੈ ਮਹਾਰਾਣੀ ਉਸ ਤਾਂ ਦੇਖੋ ਸ਼ਿਆਰੀ 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 ਸੈਮ ਨੂੰ ਮੋ ਪੋਰਾ ਉਹ ਨਹੀਂ ਹੈਗਾ ਕਿ ਮੇਰੀ ਵਾਈਫ ਵਿਚਾਰੀ ਨੇ ਸਵੇਰ ਦਾ ਵਰਤ ਰੱਖਿਆ ਆ ਤੇ ਆਪ ਗੰਨਿਆਂ ਦਾ ਰਸ ਪੀਣ ਗਏ ਹੋਏ ਆ ਮੈਨੂੰ ਇੰਨੀ ਪਿਆਸ ਲੱਗੀ ਹੋਈ ਆ ਬਟ ਮੈਂ ਮਸੀ ਕੰਟਰੋਲ ਕੀਤਾ ਆ ਜੀ ਕਰਦਾ ਮੈਂ ਵੀ ਗੰਨਿਆਂ ਦਾ ਰਸ ਪੀ ਲਵਾਂ ਇੱਕ ਗੱਲ ਦੱਸਿਓ ਸਾਰੇ ਜਾਣੇ ਜਦੋਂ ਹਨਾ ਦੁਪਹਿਰ ਦੇ 1 ਜਾਂ 2 ਵੱਜਦੇ ਆ ਉਦੋਂ ਕਿਨੂੰ ਇਦਾਂ ਲੱਗਦਾ ਕਿ ਮੈਂ ਪਾਣੀ ਪੀ ਲਵਾਂ ਮੈਨੂੰ ਇਸ ਟਾਈਮ ਬਹੁਤ ਪਿਆਸ ਲੱਗਦੀ ਆ ਸੱਚੀ ਜਿੱਦਾਂ ਮਤਲਬ ਆਪਾਂ ਘਰ ਦਾ ਵੀ ਕੰਮ ਕਰੀਦਾ ਨਾ ਘਰ ਦਾ ਵੀ ਕੰਮ ਹੋ ਜਾਂਦਾ ਫਿਰ ਘੁੰਮ 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 ਕੇ ਇਸ ਕੇ ਟਾਈਮ ਤੇ ਆਕੇ ਬਹੁਤ ਜ਼ਿਆਦਾ ਪਿਆਸ ਲੱਗਦੀ ਆ ਸੈਮ ਗੰਨਿਆਂ ਦਾ ਰਸ ਪੀਂਦਾ ਪਿਆ ਮੇਰਾ ਦਿਲ ਕਰ ਇਹ ਵੀ ਤਾਂ ਬੋਲੀ ਮੇਰਾ ਦਿਲ ਕਰਦਾ ਪਿਆ ਮੈਂ ਵੀ ਪਾਣੀ ਪੀ ਲਵਾਂ ਲੇਕਿਨ ਕੰਟਰੋਲ ਸਿਆਣਾ ਬਸ ਕੁਛ ਟਾਈਮ ਦੀ ਵੇਟ ਆ ਕੁਛ ਟਾਈਮ ਦੀ ਗੱਲ ਆ ਹੁਣ ਤੇ 2 ਵੱਜ ਗਏ ਆ 2 ਵੱਜ ਕੇ 19 ਮਿੰਟ ਹੋ ਗਏ ਆ ਆਪਾਂ ਘਰੇ ਦਵਾ ਦਾ ਪਹੁੰਚੀ ਜਾ ਕੇ ਰੈਡੀ ਸ਼ੈਡੀ ਹੋਵਾਂ ਰਾਤ ਵਾਸਤੇ 4 ਵਜੇ ਕਥਾ ਹੈ ਕਥਾ ਸੁਣਨ ਵੀ ਜਾਣਾ ਆਪਾਂ ਜੈਬੂ ਵੀ ਜਾਓਗੇ ਮੇਰੇ ਨਾਲ ਕਥਾ ਸੁਣਨ ਹਨਾ ਜੈਬੂ ਟਾਈਮ 2-2 ਗਲਾਸ ਕਾਤੇ ਲੈ ਕੇ ਇੱਕ ਦਿਲ ਨੇ ਮੇਰਾ ਵਾਟ ਓਹੋ ਦੋਨੇ ਪੀ ਲੋ ਹਣ ਤੂੰ ਤਾਂ ਕਹਿਣ ਦਿੱਤਾ ਕਿੰਨੀ ਇੱਕ ਮੇਲੇ ਵੀ ਤੂੰ ਚਾਦ ਨਹੀਂ ਨਾ ਤੂੰ ਕਹਿਤਾ ਮੈਨੂੰ ਜਾ ਮੈਂ ਦੇਖਣਾ ਚਾਹੁੰਦੀ ਕਿ ਮੇਰਾ ਪਤੀ ਮੈਨੂੰ ਕਿੰਨਾ ਕੁ ਜ਼ਿਆਦਾ ਪਿਆਰ ਕਰਦਾ ਹੈ ਸੱਚੀ 2 ਲੈ ਕੇ ਆਏ ਸੀ ਪੀ ਲੋ ਹਣ ਜੈ ਵੀ ਤੁਹਾਨੂੰ ਭਲਾ ਤੋਂ ਵਧੀਆ ਚੀਜ਼ ਹੁੰਦੀ ਹੈ ਮਰੱਬਾ ਲੈ ਕੇ ਹਟੇ ਮੈਡਮ ਹੁਣੀ ਹੁਣ ਹਾਂਜੀ ਮਠਿਆਈ ਲੈਣੀ ਸੀ ਲੇਕਿਨ ਮੈਂ ਕਿ ਹੈਲਥ ਵਾਸਤੇ ਵੀ ਵਧੀਆ ਆ ਸੋਹਣੀ ਚੀਜ਼ ਹੈ ਨਾ ਹਾਂ ਸੋਹਣੀ ਚੀਜ਼ ਆ ਘਰ ਜਾ ਕੇ ਚੈੱਕ ਕਰਦੇ ਬਾਕੀ ਖਾ ਕੇ ਥੱਲੇ ਤਾਂ ਨਹੀਂ ਖਾ ਸਕਦੀ ਰਾਤ ਨੂੰ ਕਾ ਗਈ ਮੈਨੂੰ
ਛੱਡ ਨਿਸ਼ਾ ਸੋਨਾ ਹੁਣੀ ਹੋ ਗਏ ਤਿਆਰ ਤੇਰੇ ਕੋਲ ਓਹਨੂੰ ਫੇਰਦੀ ਆ ਤੇਰੇ ਕੋਲ ਓਹਨੂੰ ਫੇਰਦੀ ਆ ਕਿ ਤੂੰ ਤੂੰ ਮੈਨੂੰ ਚੱਕੇ ਬਸ ਡਰਾਮੇ ਸਭ ਡਰਾਮੇ ਕੀ ਗੱਲ ਆ ਹਥਿਆਰ ਹੋਰ ਹੀ ਪਾਸੇ ਆ ਜਾ ਮੈਨੂੰ ਬਾਲਾਂ ਦਾ ਹੇਅਰ ਸਟਾਈਲ ਨੀ ਪਤਾ ਲੱਗਦਾ ਸੋਹਣਾ ਲੱਗਦਾ ਪਿਆ ਉਦੋਂ ਥਿੱਲੇ ਦੇ ਵੀ ਲੜੇ ਆ ਨਹੀਂ ਸੋਹਣੇ ਲੱਗਦੇ ਮੇਕਅਪ ਸੋਹਣਾ ਹੋਇਆ ਵਿਆਹ ਸ਼ਾਦੀ ਦਾ ਮਾਹੌਲ ਹੁੰਦਾ ਟਿੱਕਾ ਨੀ ਸਜਦਾ ਤੇਰੇ ਆਪਣੇ ਪਾਪਾ ਤੋਂ ਤਿਆਰੀ ਨੀ ਹੁੰਦੀ ਪਈ ਜਾਂਦੀ ਅੱਜ ਹੁੰਦੀ ਨੀ ਪਈ ਜਿੱਦ ਕਰਦੀ ਹੈ ਕਿ ਮੰਮਾ ਤੁਸੀਂ ਕਰੋ ਤਿਆਰ ਮੈਨੂੰ ਇਹਨੇ ਅੱਜ ਲੈਦਾ ਹੀ ਹੋਰ ਫੜਿਆ ਰੱਟ ਫੜੀ ਆ ਸੋਹਣਾ ਇਹਨੂੰ ਹਰ ਕਿਤੇ ਸਹਿਮ ਸਲਾਹ ਦੇਣ ਕਿਤੇ ਨਜ਼ਾਰਾ ਹੀ ਅੱਜ ਸੋਹਣਾ ਦੀ ਪਲੇਟ ਆ ਪਲੇਟ ਆ ਆਪਾਂ ਤਿਆਰ ਕਰਵਾਈ ਸੀ ਦੇਖੋ ਸਾਰੇ ਜਾਣੇ ਆ ਗਏ ਥੱਲੇ ਮੈਨੂੰ ਏਦਾਂ ਆ ਕਿ ਮੈਂ ਲੇਟ ਨਾ ਹੋ ਜਾਵਾਂ ਮੈਂ ਦਵਾ ਦਾ ਪਹਿਲਾਂ ਆਪਣੀ ਪਲੇਟ ਸਜਾ ਕੇ ਪੀ ਆਉਂਦੀ ਆ ਮੇਰੀ ਥਾਲੀ ਹੋ ਗਈ ਤਿਆਰ ਮੈਂ ਫਰੂਟ ਰੱਖ ਲਿਆ ਆ ਪੰਜ ਮੈਂ ਰੱਖ ਲਿਆ ਸੁਹਾਗਣ ਦਾ ਸਮਾਨ ਬੰਗਾ ਨੇਲ ਪੈਂਟ ਸੰਧੂਰ ਲਿਪਸਟਿਕ ਬਿੰਦੀ ਅਤੇ ਮੁਰੱਬਾ ਮਿੱਠੇ 'ਚ ਮਿੱਠੇ ਵਾਲੀਆਂ ਮੱਠੀਆਂ ਅਤੇ ਇਹ 'ਚ ਸਾਡਾ ਸਮਾਨ ਪਾਣੀ ਆਊਗਾ ਅਤੇ ਕੱਚੀ ਲੱਸੀ ਵਿੱਚ ਚਾਵਲ ਬਾਬੂ ਹੈ ਨਹੀਂ ਟਕਾ ਜੈਵੂ 'ਤੇ ਵੀ ਚਿੱਟਾ ਕੁੜਤਾ ਪਜਾਮਾ ਪਾ ਦਿੱਤਾ ਆ ਅਤੇ ਜੈਵੂ ਨੂੰ ਦੇਖੋ ਪਾਪਾ ਵਾਲੇ ਫੋਨ 'ਤੇ ਰਿਕਾਰਡਿੰਗ ਚਾਲੂ ਕਰਕੇ ਛੱਡੀ ਹੋਈ ਆ ਅਤੇ ਚਾਦਰ ਦਾ ਹਾਲ ਦੇਖੋ ਮੈਡਮ ਦਾ ਜੈਵੂ ਤੁਸੀਂ ਅੱਜ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਪਤਾ ਤੁਹਾਨੂੰ ਬਹੁਤ ਸੋਹਣੇ ਲੱਗਦੇ ਪਏ ਤੁਸੀਂ ਜ਼ਿਆਦਾ ਸੋਹਣੇ ਲੱਗਦੇ ਪਏ ਨਾ ਸਰ ਜੈਵੂ ਬਹੁਤ ਕਿਊਟ ਲੱਗਦੀ ਪਈ ਆ ਹੁਣ ਦੇਖਿਓ ਥੱਲੇ ਜਾ ਕੇ ਚਿੱਟੇ ਕੋਟੇ ਪਜਾਮੇ ਦਾ ਹਾਲ ਦੇਖਿਓ ਕੀ ਹੋਣਾ ਆ ਐਨ ਮੈਲੋ ਮੈਲ ਹੋ ਜਾਣਾ ਆ ਸੈਮ ਛੇਤੀ ਦੁੱਧ ਬਣਾ ਲਓ ਸੈਮ ਇੱਧਰ ਪਾਪਾ ਵਾਲੀ ਡਿਊਟੀ ਕਰਦੇ ਪਏ ਆ ਜੈਵੂ ਵਾਸਤੇ ਦੁੱਧ ਬਣਾ ਕੇ ਦਿੰਦੇ ਪਏ ਆ ਮੈਂ ਕਿਹਾ ਇਹਨੂੰ ਮੈਂ ਆਪਣੇ ਨਾਲ ਹੀ ਲੈ ਜਾਂਦੀ ਥੱਲੇ ਕਿ ਦੇਖੋਗੇ ਕੀ ਹੁੰਦਾ ਇਹਨੂੰ ਵਧੀਆ ਲੱਗਣਾ ਦੇਖ ਕੇ ਮੈਂ ਕਿਹਾ ਇਹਨੂੰ ਪਸੰਦ ਆਵੇ ਇਦਾਂ ਦੇ ਐਡਵੈਂਚਰ ਆਹੋ ਚੱਲ ਜੈਵੂ ਚੱਲੀਏ ਫਿਰ ਆਪਾਂ ਮੈਂ ਫਿਰ ਤਿਆਰ ਤੂੰ ਓਏ ਓਏ ਧਿਆਨ ਨਾ ਹੋਰ ਕੀ ਤੁਸੀਂ ਰਹਿੰਦੇ ਆ ਤੁਸੀਂ ਤਿਆਰ ਹੋ ਜਿਓ ਜੈਵੂ ਦੇਖੋ ਇਦਾਂ ਬਹਿ ਜਾਂਦੀ ਹੁਣ ਥੱਲੇ ਵੱਡੀ ਹੋ ਜਾਣਾ ਹੁਣ ਮੇਰੇ ਪੋਤੇ ਨੇ ਤੂਰਾਂ ਨੂੰ ਵੀ ਲੱਗ ਜਾਣਾ ਸੋਹਣੀ ਲੱਗਦੀ ਪਈ ਆ ਗੰਦੀ ਨਹੀਂ ਲੱਗਦੀ ਮੈਨੂੰ ਕਹਿੰਦੇ ਸੋਹਣੀ ਲੱਗਣੀ ਚਾਹੀਦੀ ਮੈਂ ਗੰਦੀ ਨਹੀਂ ਲੱਗਣੀ ਚਾਹੀਦੀ ਆਹੋ ਰੀਅਲ ਲਾਈਫ 'ਚ ਸੋਹਣੀ ਲੱਗਦੀ ਪਈ ਕੈਮਰੇ ਦੇ ਵਿੱਚ ਕੈਮਰੇ 'ਚ ਬਹੁਤ ਸੋਹਣੀ ਲੱਗਣ ਡਈ ਆ ਬਹੁਤ ਸੋਹਣੀ ਲੱਗਣ ਡਈ ਆ ਸੰਧੂਰ ਲੈ ਕੇ ਆਈ ਸੀ ਮਾਤਾ ਚਿੰਤਪੂਰਨੀ ਤੇ ਫਿਰ ਮੈਂ ਉਹ ਰੱਖ ਲਿਆ ਮੈਨੂੰ ਯਾਦ ਆ ਗਿਆ ਮੈਂ ਕਿਹਾ ਮੈਂ ਮਾਤਾ ਮਾਈ ਦੇ ਜਦੋਂ ਗਈ ਸੀ ਮੈਂ ਸੰਧੂਰ ਲੈ ਕੇ ਆਈ ਸੀ ਹਾਂ ਸਾਡੀ ਥਾਲੀ ਤਾਂ ਤਿਆਰ ਆ ਹੁਣ ਜੈਵੂ ਨੂੰ ਚੱਕਣਾ ਤੁਹਾਨੂੰ ਛੱਡ ਕੇ ਆਵਾਂ ਪਾਣੀ ਉਹ ਚ ਪਿਆ ਗਲਾਸ ਵਿੱਚ ਪਾ ਕੇ ਰੱਖ ਦਿੱਤਾ ਹੈ ਤੇ ਉਹ ਕਰਕੇ ਜਦੋਂ ਲੋੜ ਪਈ ਤੇ ਫਿਰ ਆਪਾਂ ਥੱਲੇ ਲੈ ਜਾਵਾਂਗੇ ਨਾ ਸਰ ਚਲੋ ਹੁਣ ਜੈਵੂ ਨੂੰ ਚੱਕੋ ਤੇ ਚਲੋ ਚੱਲੀਏ
ਸਾਰੇ ਜਣੇ ਮਾਤਾ ਮਾਈ ਦਾ ਆਸ਼ੀਰਵਾਦ ਲੈ ਲਓ ਤੇ ਸਾਰਿਆਂ ਦੇ ਪਤੀ ਦੀ ਉਮਰ ਲੰਬੀ ਲੰਬੀ ਹੋਵੇ। ਜੈਬੂ ਕੀ ਕਰਤਾ ਮੇਰਾ? ਜੈਬੂ ਬੜਾ ਖੁਸ਼ ਹੋਇਆ ਕਿ ਹੈ ਨਾ ਜੈਬੂ? ਇਹ ਜੈਬੂ ਤਾਂ ਜਾਣੀ ये सर्वगति देवी काल रात सर्वे की पति की रक्षा की है, वैसे ही सभी की पति की रक्षा करना ऐसी प्रार्थना करती है। बोली करवा मैया की, बोली गजानन गणेश जी महाराज की, बोली जगत जननी जगदम्बा मैया की। ਕਥਾ ਸੁਣ ਕੇ ਮੈਂ ਆ ਗਈ ਹਾਂ ਅਤੇ ਹੁਣ ਆਪਾਂ ਬਣਾਈਏ ਦਾਲ ਚੌਲ, ਕਿਉਂਕਿ ਮੈਂ ਬਣਾਏ ਨਹੀਂ ਸੀ, ਦੁਪਹਿਰੇ ਬਣਾਉਣ ਲੱਗੀ ਸੀ ਉਦੋਂ, ਫਿਰ ਟਾਈਮ ਨਹੀਂ ਲੱਗਾ। ਜਲਦੀ ਜਲਦੀ ਮੈਂ ਤਿਆਰ ਹੋ ਗਈ ਅਤੇ ਹੁਣ ਜੈਵਿਕਾ ਸੁੱਤੀ ਪਈ ਆਪਣੇ ਪਾਪਾ ਦੇ ਨਾਲ, ਸੁੱਤੇ ਸੁੱਤੇ ਮੈਂ ਦਾਲ ਚੌਲ ਬਣਾ ਲਵਾਂ, ਨਹੀਂ ਤਾਂ ਜਦੋਂ ਉੱਠ ਗਈ ਫਿਰ ਬਣਾਉਣੇ ਬਹੁਤ ਔਖੇ ਹੋ ਜਾਣੇ ਆ। ਥੋੜਾ ਹੁਣਾਂ ਨੇ ਕਰ ਲਿਆ ਆਪਣਾ, ਕਿਹਨਾਂ ਦੇ ਆ ਵਰਤ ਖੋਲ ਲਿਆ, ਪੂਜਾ ਕਰ ਲਈ, ਆਸ਼ੀਰਵਾਦ ਲੈ ਲਿਆ ਤੇ ਦਾਲ ਚੌਲ ਫਿਰ ਉਹਨਾਂ ਨੂੰ ਬਣਾਉਣ ਲੱਗੇ ਸੀਗੇ ਤੇ ਮੈਂ ਕਿਹਾ ਰਹਿਣ ਦਿਓ, ਠੀਕ ਆ ਆਪਾਂ ਅੱਜ ਜਾ ਕੇ ਖਾ ਕੇ ਆਉਂਦੇ ਹਾਂ ਬਾਹਰ, ਤੇ ਮੈਂ ਕਿਹਾ ਵਰਤ ਖੋਲਿਆ ਸਵੇਰ ਦੀ ਭੁੱਖੀ ਆ, ਕੁਛ ਬਾਹਰੋਂ ਵਧੀਆ ਜਿਹਾ ਖਾ ਕੇ ਲੈ ਕੇ ਆਉਣਾ। ਪੁੱਤ ਬਿੰਦੀ ਲਾਤੀ ਹੈ, ਟਿੱਕਾ ਰਹਿ ਗਿਆ ਹੁਣ, ਟਿੱਕਾ ਜੈਬੂ ਦੇਖੋ, ਜੈਬੂ ਜੈਬੂ ਦੇਖੋ ਇੱਧਰ, ਓਏ ਕਾਕੇ ਆਏ। ਤੇ ਮੈਂ ਕੱਪੜੇ ਚੇਂਜ ਕਰ ਲਏ ਆ ਕਿਉਂਕਿ ਉਹ ਬਹੁਤ ਜ਼ਿਆਦਾ ਹੈਵੀ ਸੀ, ਤੇ ਸਹਿ ਮੇਰੇ ਬੁੱਗੂ ਕਹਿੰਦੇ ਪਿਆ ਕਿ ਬਾਹਰ ਚਲੋ ਕਿਤੇ ਖਾ ਪੀ ਕੇ ਆਉਂਦੇ ਆ, ਤੇ ਜੈਵੂ ਇੰਨੀ ਸ਼ਰਾਰਤਾਂ ਕਰਦੀ, ਜਿਹੜਾ ਮਾਰ ਲੱਗੀ ਹੋਈ ਆ, ਹਾਂ ਚੁੰਡੀਆਂ ਵੱਡੀ ਜਾਂਦੀ ਅਗਲੇ ਬੰਦੇ ਦੇ। ਚਲੋ ਫਿਰ ਚਲੋ ਖਾਣ ਪੀਣ ਚਲੀਏ, ਖਾਣ ਪੀਣ ਚਲੀਏ। ਚਲੋ ਜੀ ਮੈਂ ਆ ਸਿੱਧਾ ਰੋਟੀ ਦੀ ਸ਼ੁਰੂਆਤ ਕਰਦੇ ਆ, ਕਾਣਾ ਖਾ ਲੋ, ਭੁੱਖ ਬੁੱਲ ਲੱਗੀ ਆ, ਉਹਨੂੰ ਤਾਂ ਕੀ ਕਰ ਦਿੱਤਾ। ਜੈਵਿਕਾ ਘਰੇ ਆ ਕੇ ਖੇਡਣ ਲੱਗੀ ਹੋਈ ਆ ਆਪਣੀ ਬਿਮਰ ਦੇ ਵਿੱਚ, ਤੇ ਇਹਦੇ ਨਾਲ ਹੀ ਆਪਾਂ ਵਲੌਗ ਦਾ ਐਂਡ ਕਰਦੇ ਆ, ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਤੇ, ਉਦੋਂ ਤੱਕ ਪਿਆਰ ਭਰਾ ਹੈਪੀ ਕਰਵਾ ਚੌਥ।